ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡੇ ਆਪਣੇ ਚੈਨਲ ਐਸਮੈਟ ਕੀ ਸੋਲੂਸ਼ਨ ਤੇ ਮੈਂ ਤੁਹਾਡਾ ਦੋਸਤ ਵਿਰਿੰਦਰ ਲੈ ਕੇ ਆਨ ਹਰ ਉਸ ਨਵੀਆਂ ਤੇ ਤਾਜ਼ਾ ਅਪਡੇਟ ਅੱਜ ਗੱਲ ਕਰਾਂਗੇ ਪੰਜਾਬ ਕੋਆਪਰੇਟਿਵ ਬੈਂਕ ਦੇ ਵਿੱਚ ਆਈਆਂ ਹੋਈਆਂ ਪੋਸਟਾਂ ਉਹਨਾਂ ਬਾਰੇ ਉਸ ਤੋਂ ਪਹਿਲਾਂ ਹਰ ਉਸ ਨਵੀਆਂ ਪੋਸਟਾਂ ਦੀ ਖ਼ਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਹੀ ਸਾਡਾ WhatsApp ਗਰੁੱਪ ਜੁਆਇਨ ਕਰ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਤੇ ਦੋਸਤੋ ਜਿਹੜੀ ਲਾਸਟ ਡੇਟ ਹੈ 25 2021 ਤੋਂ ਪਹਿਲਾਂ ਪਹਿਲਾਂ ਤੁਸੀ ਫਾਰਮ ਅਪਲਾਈ ਕਰਨੇ ਨੇਗੇ ਪੋਸਟਾਂ ਸਭ ਤੋਂ ਪਹਿਲਾਂ ਸੀਨੀਅਰ ਮੈਨੇਜਰ ਦੀ ਗ੍ਰੈਜੂਏਟ 50 ਹੋਣਾ ਚਾਹੀਦਾ ਟੋਟਲ ਨੰਬਰ ਆਫ ਪੋਸਟਾਂ ਦੀ ਗੱਲ ਕਰੀਏ ਤਾਂ ਉਹ 40 ਨੇ ਮੈਨੇਜਰ ਦੀ ਪੋਸਟ ਗ੍ਰੈਜੂਏਟ 50% ਮਾਰਕਸ ਹੋਣੇ ਚਾਹੀਦੇ ਨੇ ਤੁਹਾਡੇ ਗ੍ਰੈਜੂਏਸ਼ਨ ਚੋਂ ਚਾਰਟ ਅਕਾਊਂਟੈਂਟ ਹੋਣਾ ਚਾਹੀਦਾਗਾ ਗ੍ਰੈਜੂਏਟ 55% ਮਾਰਕਸ ਕਿਸੇ ਵੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਤੁਸੀਂ ਕੰਪਲੀਟ ਕੀਤੀ ਹੋਵੇ ਤੇ ਟੋਟਲ ਪੋਸਟਾਂ ਨੇ ਜਿਹੜੀਆਂ ਇਹਨੀਆਂ 60 ਨੇ ਇਨਫੋਰਮੇਸ਼ਨ ਟੈਕਨੋਲੋਜੀ 50% ਮਾਰਕਸ ਹੋਣੇ ਚਾਹੀਦੇ ਨੇ ਗ੍ਰੈਜੂਏਸ਼ਨ ਚੋਂ ਤੁਹਾਡੇ ਤੇ ਟੋਟਲ ਜਿਹੜੀਆਂ ਪੋਸਟਾਂ ਨੇ ਉਹਨੇ 739 ਕਰਰਿਕਮ ਡਾਟਾ ਐਂਟਰੀ ਆਪਰੇਟਰ ਦੀਆਂ ਪੋਸਟ ਗ੍ਰੈਜੂਏਸ਼ਨ ਐਨੀ ਸਟਰੀਮ ਦੇ ਵਿੱਚ ਹੋਣੀ ਚਾਹੀਦੀ ਹੈ ਤੁਹਾਡੀ ਸਟੈਨੋ ਟਾਈਪਿਸਟ ਦੀਆਂ ਪੋਸਟਾਂ ਨੇ 10 ਡਿਪਲੋਮਾ ਸਰਟੀਫਿਕੇਟ ਮਿਨੀਮਮ 6 ਮਨਸ ਤੁਹਾਡੇ ਕੋਲੇ ਕੰਪਿਊਟਰ ਦਾ ਹੋਣਾ ਚਾਹੀਦਾ ਹੈਗਾ ਗ੍ਰੈਜੂਏਸ਼ਨ ਸੈਕੰਡ ਡਿਵੀਜ਼ਨ ਦੇ ਨਾਲ ਵੀ ਤੁਹਾਡੀ ਚੱਲ ਜਾਵੇਗੀ ਟੋਟਲ ਜੇ ਆਪਾਂ ਗੱਲ ਕਰੀਏ ਸਲਿਵਸ ਦੀ ਸਲਿਵਸ ਦਾ ਤੁਹਾਡਾ ਆਬਜੈਕਟਿਵ ਟਾਈਪ ਦਾ ਜਿਹੜਾ ਤੁਹਾਡਾ ਪੇਪਰ ਹੋਵੇਗਾ ਬੈਂਕਿੰਗ ਦੇ 40 ਕੰਪਿਊਟਰ ਦੇ 10 ਰੀਜ਼ਨਿੰਗ 10 ਕਵਾਂਟਿਟੇਟਿਵ ਐਪਟੀਟਿਊਡ ਦੇ 10 ਜਰਨਲ ਅਵੇਅਰਨੈਸ 20 ਤੇ ਇੰਗਲਿਸ਼ ਦੇ 10 ਟੋਟਲ 100 ਨੰਬਰ ਦਾ ਤੁਹਾਡਾ ਪੇਪਰ ਹੋਗਾ ਹੋਰ ਅਪਡੇਟ ਲਈ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਸਾਰੀਆਂ ਇਨਸਟਰਕਸ਼ਨਸ ਰੀਡ ਕਰ ਸਕਦੇ ਹੋ ਥੈਂਕ ਯੂ